ਆਮਦਨ ਦਾ ਸੋਰਸ ਨਹੀਂ ਹੈਗਾ, ਲੋਕਾਂ ਕੋਲ ਰੁਜ਼ਗਾਰ ਨਹੀਂ ਹੈ। ਇੱਥੇ ਮੈਡੀਕਲ ਲਾਈਨ ਦੇ ਵਿੱਚ ਜਿਹੜੀਆਂ ਲੜਕੀਆਂ ਨਰਸਿੰਗ ਦਾ ਕੋਰਸ ਕਰਦੀਆਂ ਉਹਨਾਂ ਦੀ ਵੀ ਤਨਖਾਹ ਬਹੁਤ ਘੱਟ ਹੈ। ਲੜਕੀਆਂ ਨੂੰ ਅਗਰ ਬਾਹਰ ਭੇਜਣਾ ਹੋਵੇ ਐਜ਼ ਏ ਨਰਸਿੰਗ ਦਾ ਕੋਰਸ ਕਰਨ ਵਾਸਤੇ, ਬਜ਼ੁਰਗਾਂ ਨੂੰ ਰੱਖਣ ਵਾਸਤੇ ਅਲੱਗ ਜਗ੍ਹਾ ਬਣਾਈ ਹੁੰਦੀ ਹੈ, ਓਲਡ ਏਜ ਹੋਮ ਹੁੰਦੇ ਆ। ਤੁਸੀਂ ਨਰਸ ਦਾ ਕੋਰਸ ਕੀਤਾ ਵਾ, ANM ਕੀਤੀ ਆ, GNM ਜਾਂ BSc ਨਰਸਿੰਗ, ਤਾਂ ਇਹ ਇੱਕ ਗੋਲਡਨ ਟਾਈਮ ਹੈ ਤੁਹਾਡੇ ਵਾਸਤੇ ਆਪਣੀ ਜ਼ਿੰਦਗੀ ਬਣਾਉਣ ਦਾ ਕੈਨੇਡਾ 'ਚ ਜਾ ਕੇ। ਸਾਡੇ ਇੱਥੇ ਨਰਸ ਦਾ ਮਤਲਬ ਨਰਸ ਹੁੰਦਾ, ਉੱਥੇ ਨਰਸਾਂ ਵੀ ਘੱਟੋ ਘੱਟ 20 ਤਰ੍ਹਾਂ ਦੀਆਂ। ਜੇ ਸਿੱਧਾ ਨਰਸ ਬਣਨਾ ਉੱਥੇ ਜਾ ਕੇ ਤਾਂ 7 ਬੈਂਡ ਚਾਹੀਦੇ, ਔਰ ਜਿਹੜਾ ਬੱਚਾ ਇੱਥੇ ਨਰਸ ਹੈ ਉਹ ਕੈਨੇਡਾ 'ਚ ਵੀ ਨਰਸ ਬਣ ਜਾਂਦਾ। ਅਤੇ ਜੇਕਰ ਕੋਈ ਵਿਆਹੀ ਕੁੜੀ ਹੈ ਉਹਦਾ ਹਸਬੈਂਡ ਵੀ ਜਾ ਸਕਦਾ, ਉਹਦੇ ਬੱਚੇ ਵੀ ਜਾ ਸਕਦੇ। ਯੋਗਾ ਦਾ ਕੋਰਸ ਕੀਤਾ ਹੋਵੇ ਕਿਸੇ ਲੜਕੀ ਨੇ ਜਾਂ ਲੜਕੇ ਨੇ, ਉਹਦਾ ਉੱਥੇ ਕੀ ਸਕੋਪ? ਅਤੇ ਜਿਸ ਮੁਲਕ 'ਚੋਂ 3-4 ਲੱਖ ਬੰਦਾ ਗਿਆ ਤਾਂ ਫਿਰ ਉੱਦਾਂ ਦੇ ਲੋਕ ਵੀ ਚਾਹੀਦੇ ਹਨ। ਸਤਿ ਸ਼੍ਰੀ ਅਕਾਲ ਦੋਸਤੋ, ਆਪਣੇ ਇੰਡੀਆ 'ਚ, ਆਪਣੇ ਪੰਜਾਬ 'ਚ, ਆਪਣੇ ਹਿੰਦੁਸਤਾਨ ਦੇ ਵਿੱਚ ਪੜ੍ਹਾਈ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ BTECH ਕਰਨੀ ਹੋਵੇ ਤਾਂ 20-25 ਲੱਖ ਦਾ ਟੋਟਲ ਖਰਚਾ ਆ ਜਾਂਦਾ। ਅਤੇ ਉਸ ਤੋਂ ਬਾਅਦ BTECH ਕਰਨ ਤੋਂ ਬਾਅਦ ਵੇਜਿਸ ਇੰਨੀਆਂ ਘੱਟ ਹੋ ਕਿ 8,000-10,000 ਤੋਂ ਵੱਧ ਮਿਲਦਾ ਨਹੀਂ। ਫਿਰ ਮਾਪੇ ਸੋਚਦੇ ਜੇ ਬੱਚੇ ਨੂੰ ਕਿਤੇ BTECH ਕਰਨ ਵਾਸਤੇ ਦੂਜੇ ਸ਼ਹਿਰ 'ਚ ਹੀ ਭੇਜਣਾ ਤਾਂ ਕੈਨੇਡਾ ਕਿਉਂ ਨਾ ਭੇਜ ਦੇਈਏ, ਕਿਉਂਕਿ ਉੱਥੇ ਖਰਚਾ ਭੇਜਣ ਦਾ ਘੱਟ ਆਉਂਦਾ ਅਤੇ ਪੜ੍ਹਾਈ ਦਾ ਖਰਚਾ ਵੀ ਇੱਥੇ ਦੀ ਪੜ੍ਹਾਈ ਨਾਲੋਂ ਘੱਟ ਹੈਗਾ। ਅਤੇ ਇਸ ਬਾਰੇ ਗੱਲਬਾਤ ਕਰਾਂਗੇ ਵਿਨੇ ਜੀ ਨਾਲ। ਵਿਨੇ ਹਰੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੁਸੀਂ ਜਦੋਂ ਆਪਾਂ ਤੁਹਾਨੂੰ ਯਾਦ ਕਰਦੇ ਹਾਂ ਤੁਸੀਂ ਹਾਜ਼ਰ ਹੋ ਜਾਂਦੇ। ਧੰਨਵਾਦ ਜੀ, ਧੰਨਵਾਦ। ਅਤੇ ਇਹ ਜਿਹੜੀ ਗੱਲ ਮੈਂ ਕਹੀ ਹੈ ਬਿਲਕੁਲ ਠੀਕ ਹੈ ਕਿ ਇੱਥੇ ਪੜ੍ਹਾਈ ਇੰਨੀ ਮਹਿੰਗੀ ਕਰਨ ਨੂੰ ਅਸੀਂ ਬਾਹਰ ਜਾ ਕੇ ਕੈਨੇਡਾ ਜਾ ਕੇ ਕਰ ਲਈਏ ਅਤੇ ਉੱਥੇ ਬਾਅਦ ਆਮਦਨ ਦਾ ਸੋਰਸ ਨਹੀਂ ਹੈਗਾ, ਲੋਕਾਂ ਕੋਲ ਰੁਜ਼ਗਾਰ ਨਹੀਂ ਹੈਗਾ। 5-7-10 ਹਜ਼ਾਰ ਰੁਪਈਏ ਤੋਂ ਵੱਧ ਨਹੀਂ ਮਿਲਦਾ ਇੱਥੇ, ਜਿਹਦੇ ਕਰਕੇ ਅੱਜ ਹਰ ਇੱਕ ਪੰਜਾਬੀ ਵੀਰ ਬਾਹਰ ਜਾ ਕੇ ਆਪਣਾ ਫਿਊਚਰ ਬਣਾਉਣਾ ਚਾਹੁੰਦਾ। ਕੈਨੇਡਾ ਜਿਹੜਾ ਪਹੁੰਚਦਾ ਵਾ 50,000 ਲੱਖ ਰੁਪਈਏ ਨੂੰ ਅਗਲਾ ਪਾਰਟ ਟਾਈਮ 'ਚ ਪਹੁੰਚ ਜਾਂਦਾ, ਕੱਲ੍ਹ ਨੂੰ ਫੁੱਲ ਟਾਈਮ 'ਤੇ ਆਉਂਦਾ 2-2.5 ਲੱਖ ਰੁਪਈਆ ਉਹ ਮਹੀਨੇ ਦਾ ਕਮਾ ਲੈਂਦਾ। ਇੰਨੇ ਕੁ ਨਾਲ ਆਪਣੀ ਰੋਟੀ ਵਧੀਆ ਖਾ ਲੈਂਦਾ, ਪਰਿਵਾਰ ਨੂੰ ਵੀ ਚੰਗਾ ਸਹਾਰਾ ਹੋ ਜਾਂਦਾ। ਇੱਥੇ ਰਹਿੰਦਾ ਤਾਂ ਆਪਣੇ ਹੀ ਬਜ਼ੁਰਗਾਂ ਹੀ ਨਹੀਂ ਸੀ ਹੋਣਾ ਉਹਨੇ, ਕਿਉਂਕਿ ਇੱਥੇ ਇੱਕ ਚੀਜ਼ ਦੇਖੀਏ ਕਿ ਇੱਥੇ ਪਹਿਲਾਂ ਤਾਂ ਪੜ੍ਹਾਈ ਦੇ ਨਾਲ ਨਾਲ ਨੌਕਰੀ ਨਹੀਂ ਕੀਤੀ ਜਾ ਸਕਦੀ, ਨਹੀਂ ਕੀਤੀ ਜਾ ਸਕਦੀ, ਨਾ ਤੁਸੀਂ 3-4 ਘੰਟੇ ਕੰਮ ਨਹੀਂ ਕਰ ਸਕਦੇ ਕਿਉਂਕਿ ਪੜ੍ਹਾਈ ਦਾ ਇੰਨਾ ਬੋਝ ਆ, ਕਿਤਾਬਾਂ ਦਾ ਇੰਨਾ ਬੋਝ ਹੈ। ਉੱਥੇ ਜਾ ਕੇ ਮੇਰਾ ਖਿਆਲ ਇੱਕ ਹਫ਼ਤੇ ਦੇ ਵਿੱਚ 2-3 ਦਿਨ ਹੀ ਮੇਰੇ ਖਿਆਲ ਪੜ੍ਹਾਈ ਕਰਨੀ ਪੈਂਦੀ। ਹਫ਼ਤੇ 2 ਦਿਨ ਪੜ੍ਹਾਈ ਹੁੰਦੀ, ਬਾਕੀ ਤੁਹਾਨੂੰ ਪ੍ਰੈਕਟੀਕਲ ਕਰਨਾ ਹੁੰਦਾ ਤੁਸੀਂ। ਅੱਛਾ, ਜੋ ਤੁਸੀਂ ਕੰਮ ਪੜ੍ਹੇ ਹੋ ਉਹ ਸਾਰਾ ਤੁਸੀਂ ਉਸੇ ਫੀਲਡ 'ਚ ਕੰਮ ਵੀ ਕਰ ਸਕਦੇ ਹੋ, 20 ਘੰਟੇ ਕੰਮ ਕਰਨ ਨੂੰ ਮਿਲਦੇ ਆ, ਜਿਹੜਾ ਬੱਚਾ ਪੜ੍ਹਨ ਜਾ ਰਿਹਾ ਉਹ ਕੰਮ ਵੀ ਕਰ ਸਕਦਾ। ਇੱਥੇ ਮੈਡੀਕਲ ਲਾਈਨ ਦੇ ਵਿੱਚ ਜਿਹੜੀਆਂ ਲੜਕੀਆਂ ਨਰਸਿੰਗ ਦਾ ਕੋਰਸ ਕਰਦੀਆਂ ਉਹਨਾਂ ਦੀ ਵੀ ਤਨਖਾਹ ਬਹੁਤ ਘੱਟ ਹੈ। ਬਹੁਤ ਘੱਟ ਹੈ ਜੀ, ਮਿਸਯੂਜ਼ ਕੀਤਾ ਜਾਂਦਾ ਕੁੜੀਆਂ ਨੂੰ। ਮੇਰਾ ਖਿਆਲ ਉੱਥੇ ਵੀ 8,000 ਬੇਰੁਜ਼ਗਾਰੀ ਇੰਨੀ ਕੁ ਜ਼ਿਆਦਾ ਵਾ ਕਿ ਲੋਕਾਂ ਨੂੰ ਪੈਸੇ ਨਹੀਂ ਮਿਲਦੇ, ਤਨਖਾਹ ਹੀ ਨਹੀਂ ਮਿਲਦੀ। ਐਵਰੇਜਲੀ ਇੱਕ ਨਰਸ ਦੀ ਤਨਖਾਹ ਅੱਜ ਪੰਜਾਬ 'ਚ 50,000 ਰੁਪਈਆ ਹੋਣੀ ਚਾਹੀਦੀ ਹੈ, ਜਿੰਨਾ ਕੁ ਨਰਸ ਨੇ ਪੜ੍ਹਾਈ ਕੀਤੀ ਹੁੰਦੀ ਹੈ। ਮੈਨੂੰ ਨਹੀਂ ਲੱਗਦਾ 10,000 ਤੋਂ ਵੱਧ ਕਿਸੇ ਨਰਸ ਦੀ ਤਨਖਾਹ ਹੈਗੀ ਹੈ। ਮੈਂ ਕਹਿੰਦਾ ਜਿੰਨਾ ਡਾਕਟਰ ਪ੍ਰਾਈਵੇਟ ਹੋਸਪਿਟਲਾਂ 'ਚ ਜਿੰਨਾ ਡਾਕਟਰ ਤਨਖਾਹ ਲੈਂਦੇ ਆ ਉਸ ਤੋਂ ਜ਼ਿਆਦਾ ਉੱਥੇ ਨਰਸਾਂ ਲੈ ਲੈਂਦੀਆਂ। ਹਾਂਜੀ, ਨਰਸ ਇੱਕ ਬੜਾ ਵਧੀਆ ਪ੍ਰੋਫੈਸ਼ਨ ਹੈ ਜੀ, $40, $50, $60 ਤੱਕ ਘੰਟੇ ਦੇ ਮਿਲਦੇ ਨਰਸ ਨੂੰ। ਅਤੇ ਲੜਕੀਆਂ ਨੂੰ ਅਗਰ ਬਾਹਰ ਭੇਜਣਾ ਹੋਵੇ ਐਜ਼ ਏ ਨਰਸਿੰਗ ਦਾ ਕੋਰਸ ਕਰਨ ਵਾਸਤੇ ਜਾਂ ਨਰਸ ਬਣ ਚੁੱਕੀ ਹੋਵੇ ਉਹਨਾਂ ਵਾਸਤੇ ਉੱਥੇ ਸੇਫ ਹੈ? ਬਹੁਤ ਵਧੀਆ ਮਾਹੌਲ ਹੈ ਜੀ, ਬੜੀ ਵਧੀਆ ਸਰਕਾਰ ਹੈ ਉੱਥੇ ਦੀ। ਜਿਹੜਾ ਵੀ ਸਟੂਡੈਂਟ ਜਾਂਦਾ ਵਾ ਸਟੂਡੈਂਟ ਨੂੰ ਹਰ ਤਰ੍ਹਾਂ ਦਾ ਅਧਿਕਾਰ ਹੈ। ਜਦੋਂ ਤੁਸੀਂ ਬਤੌਰ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਹੋ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਤੁਹਾਨੂੰ। ਜਿਹੜੇ ਬੱਚੇ ਮੈਡੀਕਲ ਕੋਰਸਾਂ ਦੇ ਵਿੱਚ ਜਾਂਦੇ ਆ ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਆ, ਇੱਦਾਂ ਦੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਸਕੋਪ ਹੈ। ਸਾਡੇ ਮੁਲਕ 'ਚ ਕੀ ਹੁੰਦਾ, ਅਸੀਂ ਪਰਿਵਾਰ 'ਚ ਸਾਰੇ ਜਣੇ ਇਕੱਠੇ ਰਹਿੰਦੇ ਹਾਂ, ਜਿੱਦਾਂ ਬੱਚੇ ਮਾਂ ਬਾਪ ਦੇ ਨਾਲ ਰਹਿੰਦੇ ਇੱਦਾਂ ਬਜ਼ੁਰਗ ਵੀ ਮਾਂ ਬਾਪ ਦੇ ਨਾਲ ਰਹਿੰਦੇ ਆ। ਅਤੇ ਇਹਨਾਂ ਕੰਟਰੀਆਂ ਦੇ ਵਿੱਚ ਬਜ਼ੁਰਗ ਲੋਕ ਮਾਂ ਬਾਪ ਦੇ ਨਾਲ ਬੱਚਿਆਂ ਦੇ ਨਾਲ ਨਹੀਂ ਰਹਿੰਦੇ, ਬਜ਼ੁਰਗਾਂ ਨੂੰ ਰੱਖਣ ਵਾਸਤੇ ਅਲੱਗ ਜਗ੍ਹਾ ਬਣਾਈ ਹੁੰਦੀ ਹੈ, ਓਲਡ ਏਜ ਹੋਮ ਹੁੰਦੇ ਆ। ਅਤੇ ਜਦੋਂ ਕੋਈ ਬੰਦਾ ਬਜ਼ੁਰਗ ਹੋ ਜਾਂਦਾ ਉਹ ਆਪਣੇ ਬੱਚਿਆਂ ਨਾਲ ਨਹੀਂ ਰਹਿੰਦਾ, ਇਸ ਕਰਕੇ ਬਜ਼ੁਰਗਾਂ ਨੂੰ ਸਾਂਭਣ ਵਾਸਤੇ ਏਜਡ ਕੇਅਰ ਪ੍ਰੋਫੈਸ਼ਨ ਦੀ ਲੋੜ ਹੁੰਦੀ ਹੈ, ਨਰਸਾਂ ਦੀ ਲੋੜ ਹੁੰਦੀ ਹੈ। ਮੋਰਓਵਰ ਮੁਲਕ ਦੇ ਵਿੱਚ ਜਿਹੜੀ ਏਜ ਦਾ ਰੇਟ ਹੈਗਾ ਵਾ, ਜਿਹੜੀ ਉਮਰ ਹੈਗੀ ਆ, ਉਮਰ ਬਹੁਤ ਜ਼ਿਆਦਾ ਵਾ। ਸਾਡੇ ਇੱਥੇ 40-45 'ਚ ਸਟੰਟ ਪੈ ਜਾਂਦਾ ਵਾ ਅਤੇ 60-65 'ਚ ਬੰਦਾ ਗੱਡੀ ਚੜ੍ਹ ਜਾਂਦਾ, ਅਤੇ ਉੱਥੇ 90-95 ਸਾਲ ਦਾ ਬੰਦਾ ਭੱਜਿਆ ਦੌੜਿਆ ਫਿਰਦਾ। ਅਤੇ ਜਦੋਂ ਕਿਸੇ ਦੀ ਉਮਰ ਵੱਧ ਜਾਣੀ ਹੈ ਤਾਂ ਉਹਨੂੰ ਡਾਕਟਰੀ ਸਹੂਲਤਾਂ ਬਹੁਤ ਚਾਹੀਦੀਆਂ ਹੁੰਦੀਆਂ, ਜਿਹਦੇ ਕਰਕੇ ਅੱਜ ਕੈਨੇਡਾ ਦੇ ਵਿੱਚ ਨਰਸਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਭਾਰੀ ਕਮੀ ਕਹਿ ਸਕਦੇ ਹਾਂ। ਜੇਕਰ ਤੁਸੀਂ ਨਰਸ ਦਾ ਕੋਰਸ ਕੀਤਾ ਵਾ, ANM ਕੀਤੀ ਆ, GNM ਜਾਂ BSc ਨਰਸਿੰਗ, ਤਾਂ ਇਹ ਇੱਕ ਗੋਲਡਨ ਟਾਈਮ ਹੈ ਤੁਹਾਡੇ ਵਾਸਤੇ ਆਪਣੀ ਜ਼ਿੰਦਗੀ ਬਣਾਉਣ ਦਾ ਕੈਨੇਡਾ 'ਚ ਜਾ ਕੇ, ਜਿੱਥੇ ਤੁਸੀਂ ਆਰਾਮ ਨਾਲ ਪੜ੍ਹਾਈ ਦੇ ਨਾਲ 50,000 ਲੱਖ ਰੁਪਇਆ ਕਮਾ ਲਓਗੇ। ਜਦੋਂ ਪੜ੍ਹਾਈ ਖਤਮ ਹੁੰਦੀ ਆ ਤਾਂ ਬੰਦਾ ਆਰਾਮ ਨਾਲ 2-2.5 ਲੱਖ ਰੁਪਈਆ ਵੀ ਕਮਾ ਲੈਂਦਾ। ਇੰਨੇ ਕੁ ਪੈਸੇ ਇੰਡੀਆ 'ਚ ਕਦੀ ਵੀ ਨਹੀਂ ਮਿਲਣੇ। ਅਤੇ ਜਿਹੜੇ ਲੋਕ ਮੈਡੀਕਲ ਕਿੱਤੇ ਦੇ 'ਚ ਕੰਮ ਕਰਦੇ ਆ ਜਾਂ ਮੈਡੀਕਲ ਦੀ ਪੜ੍ਹਾਈ ਕਰਦੇ ਆ, ਉਹਨਾਂ ਨੂੰ ਖੁੱਲ੍ਹਾ ਸੱਦਾ ਵਾ ਜੀ, ਜਿੰਨੀ ਜਲਦੀ ਹੋ ਸਕਦਾ ਅਪਲਾਈ ਕਰੋ ਤਾਂ ਆਪਣੀਆਂ ਮੰਜ਼ਿਲਾਂ ਤੱਕ ਪਹੁੰਚੋ ਜੀ।
ਇਹ ਸਾਡੇ ਕੰਟਰੀ ਵਿੱਚ ਇਹ ਇੱਕ ਰਿਵਾਜ਼ ਨਹੀਂ ਆ, ਕਿਉਂਕਿ ਸਾਡੇ ਸਾਰੇ ਹੀ ਸੋਚਦੇ ਆ ਮਾਂ ਬਾਪ ਦੀ ਸੇਵਾ ਕਰਾਂਗੇ, ਮਾਂ ਬਾਪ ਦੀ ਸੇਵਾ ਕਰਾਂਗੇ। ਉੱਥੇ ਇੱਦਾਂ ਦਾ ਕੋਈ ਚੱਕਰ ਹੈ ਨਹੀਂ ਕਿ ਮਾਂ ਬਾਪ ਦੀ ਸੇਵਾ ਬੱਚੇ ਕਰਦੇ ਆ, ਹਾਂਜੀ ਘੱਟ ਹੀ ਹੁੰਦੀ ਕਿ ਗੌਰਮੈਂਟ ਹੀ ਪ੍ਰੋਵਾਈਡ ਕਰਦੀ, ਜਿਹੜੇ ਓਲਡ ਏਜ ਦੇ ਬੱਚੇ ਮਤਲਬ ਓਲਡ ਏਜ ਦੇ ਬੰਦੇ ਜਿਹੜੇ ਹੋ ਜਾਂਦੇ ਉਹਨਾਂ ਨੂੰ ਨਰਸ ਸਵੇਰੇ ਸ਼ਾਮ ਉਹਨਾਂ ਨੂੰ ਆਉਣਾ, ਉਹਨਾਂ ਨੂੰ ਮਤਲਬ ਸਾਰੀ ਕੇਅਰ ਕਰਦੇ ਅਤੇ ਉਸ ਟਾਈਪ ਦੀਆਂ ਉਹਨੂੰ ਵੀ ਨਰਸ ਹੀ ਕਹਿੰਦੇ ਨੇ। ਕਈ ਤਰ੍ਹਾਂ ਦੇ ਪ੍ਰੋਫੈਸ਼ਨ ਹੁੰਦੇ ਆ ਜੀ, ਸਾਡੇ ਇੱਥੇ ਨਰਸ ਦਾ ਮਤਲਬ ਨਰਸ ਹੁੰਦਾ, ਉੱਥੇ ਨਰਸਾਂ ਵੀ ਘੱਟੋ ਘੱਟ 20 ਤਰ੍ਹਾਂ ਦੀਆਂ ਹੁੰਦੀਆਂ। ਬੱਚਿਆਂ ਨੂੰ ਸੰਭਾਲਣ ਵਾਲੀਆਂ ਨਰਸਾਂ ਅਲੱਗ ਹੈ, ਨੈਣੀ ਬੁੱਢਿਆਂ ਨੂੰ ਸੰਭਾਲਣ ਵਾਲੀਆਂ ਅਲੱਗ ਹੈ, ਫਿਰ ਕਲੀਨਿਕਲ ਵਾਲੀਆਂ ਅਲੱਗ ਹੈ, ਓਪਰੇਸ਼ਨ ਥੀਏਟਰ ਵਾਲੀ ਅਲੱਗ ਹੈ। 20 ਤੋਂ 25 ਤਰ੍ਹਾਂ ਦਾ ਨਰਸਿੰਗ ਪ੍ਰੋਫੈਸ਼ਨ ਹੈ ਅਤੇ ਜਿੰਨੇ ਕੁ ਵੀ ਸਾਡੇ ਪੰਜਾਬ ਦੇ ਵਿੱਚ ਕੁੜੀਆਂ ਨੇ ਜਾਂ ਮੁੰਡਿਆਂ ਨੇ ਜਿਹਨਾਂ ਨੇ GNM ਕੀਤੀ ਹੁੰਦੀ ਹੈ ਜਾਂ BSC ਨਰਸਿੰਗ ਹੁੰਦੀ ਹੈ, ਉਹ ਬੜੇ ਵਧੀਆ ਤਰੀਕੇ ਨਾਲ ਫਿੱਟ ਹੋ ਜਾਂਦੇ ਉੱਥੇ ਜਾ ਕੇ। ਨਹੀਂ ਹੁਣ ਆਪਾਂ ਜਿਹੜੇ ਆਪਾਂ ਫਿਜ਼ੀਕਲ ਜੇ ਕਈ ਭੇਜਣਾ ਚਾਹੀਏ ਕਿਸੇ ਲੜਕੀ ਨੂੰ, ਉਹਨੂੰ ਨਰਸਿੰਗ ਦਾ ਕੋਰਸ ਕਰਨ ਵਾਸਤੇ ਭੇਜਣਾ ਕਿ ਨਰਸ ਬਣ ਗਈ ਉਹਨੂੰ ਭੇਜਣਾ? ਨਹੀਂ ਦੇਖੋ, ਜਿਹਨੇ ਵੀ ਨਰਸਿੰਗ ਕਰ ਲਈ ਇੱਥੇ ਹੁਣ ਉਹਨੇ ਕੰਮ ਕਰਨਾ ਅੱਗੇ, ਕੰਮ ਕਰਨਾ ਅਤੇ ਕੰਮ ਕਰਨ ਨੂੰ ਨੌਕਰੀ ਤਾਂ ਮਿਲਦੀ ਨਹੀਂ ਸਿੱਧੀ ਨਰਸਿੰਗ ਦੀ। ਜੇ ਸਿੱਧਾ ਨਰਸ ਬਣਨਾ ਉੱਥੇ ਜਾ ਕੇ ਤਾਂ 7 ਬੈਂਡ ਚਾਹੀਦੇ ਆ। ਠੀਕ, ਹੁਣ 7 ਬੈਂਡ ਪੰਜਾਬ 'ਚ ਆਉਂਦੇ ਨਹੀਂ ਕਿਸੇ ਦੇ। ਠੀਕ, ਜਿਹੜੀਆਂ ਇੱਥੇ ਰਜਿਸਟਰਡ ਨਰਸ ਹੈ ਕੋਈ, ਉਹ ਨਰਸ ਵਾਸਤੇ ਪ੍ਰੋਗਰਾਮ ਹੈ ਜਿਹਦੇ ਪ੍ਰੋਗਰਾਮ 'ਚ ਪੜ੍ਹ ਕੇ ਉੱਥੇ ਆਰਨ ਦੇ ਵਿੱਚ ਰਜਿਸਟ੍ਰੇਸ਼ਨ ਮਿਲ ਜਾਂਦੀ ਹੈ, ਔਰ ਜਿਹੜਾ ਬੱਚਾ ਇੱਥੇ ਨਰਸ ਹੈ ਉਹ ਕੈਨੇਡਾ 'ਚ ਵੀ ਨਰਸ ਬਣ ਜਾਂਦਾ ਜੀ। ਅਤੇ ਇਸ ਪ੍ਰੋਫੈਸ਼ਨ ਦੀ, ਮੈਡੀਕਲ ਪ੍ਰੋਫੈਸ਼ਨ ਦੀ, ਉੱਥੇ ਕੈਨੇਡਾ ਦੇ ਵਿੱਚ ਰਿਸਪੈਕਟ ਇੰਡੀਆ ਨਾਲੋਂ ਜ਼ਿਆਦਾ ਹੈਗੀ ਹੈ? ਦੇਖੋ, ਹਰ ਇੱਕ ਮੁਲਕ ਦਾ ਆਪਣਾ ਆਪਣਾ ਤਰੀਕਾ ਜੀ। ਇੰਡੀਆ ਸਾਡਾ ਮੁਲਕ ਹੈ, ਆਪਾਂ ਆਪਣੇ ਮੁਲਕ ਨੂੰ ਮਾੜਾ ਨਹੀਂ ਕਹਿ ਸਕਦੇ। ਹਾਂ, ਵਿਤਕਰਾ ਹੁੰਦਾ ਵਾ ਸਾਡੀ ਕੰਟਰੀ ਦੇ ਵਿੱਚ, ਉੱਥੇ ਇੱਦਾਂ ਦਾ ਕੋਈ ਸਿਸਟਮ ਨਹੀਂ ਹੈਗਾ, ਕਲਚਰ ਬਹੁਤ ਵਧੀਆ ਵਾ, ਲੋਕ ਚੰਗੇ ਨੇ ਉੱਥੇ ਦੇ, ਜ਼ਿੰਮੇਵਾਰ ਨੇ, ਹਰ ਇੱਕ ਇਨਸਾਨ ਦੀ ਉੱਥੇ ਆਪਣੀ ਇੱਕ ਵੈਲਿਊ ਹੈ ਜੀ, ਜਿਹਦੇ ਕਰਕੇ ਇੱਜ਼ਤ ਮਿਲਦੀ ਹੈ ਹਰ ਕਿਸੇ ਨੂੰ। ਅਤੇ ਜੇ ਨਰਸ ਦਾ ਕੋਰਸ ਕਰਕੇ ਕੋਈ ਲੜਕੀ ਬਾਹਰ ਜਾਣਾ ਚਾਹੁੰਦੀ ਹੈ ਤਾਂ ਸਪਾਊਸ ਨੂੰ ਆਪਣੇ ਨਾਲ ਲਿਜਾ ਸਕਦੀ ਹੈ? ਦੇਖੋ, ਅੱਜ ਕੈਨੇਡਾ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਸਪਾਊਸ ਦਾ ਵੀਜ਼ਾ ਰਿਫਿਊਜ਼ ਨਹੀਂ ਕੀਤਾ ਜਾਂਦਾ, ਅਤੇ ਜੇਕਰ ਕੋਈ ਵਿਆਹੀ ਕੁੜੀ ਹੈ ਉਹਦਾ ਹਸਬੈਂਡ ਵੀ ਜਾ ਸਕਦਾ, ਉਹਦੇ ਬੱਚੇ ਵੀ ਜਾ ਸਕਦੇ ਆ, ਇੱਦਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਵੀ ਤੁਹਾਡਾ ਸਪਾਊਸ ਨਹੀਂ ਜਾ ਸਕਦਾ। ਅਤੇ ਇਹਦੇ ਵਿੱਚ ਬੈਂਡ ਵਗੈਰਾ ਜਿੱਦਾਂ ਆਇਲਸ ਕਰਨੀ ਹੈ, ਕਿੰਨੇ ਕੁ ਬੈਂਡ ਦੀ ਜ਼ਰੂਰਤ ਹੈ? ਆਇਲਸ ਦੇ ਵਿੱਚ ਤੁਹਾਡੇ 6 ਬੈਂਡ ਹੋਣੇ ਚਾਹੀਦੇ ਆ, ਜੇਕਰ ਤੁਹਾਡੇ 6 ਬੈਂਡ ਹੈਗੇ ਆ ਤੁਸੀਂ ਕੈਨੇਡਾ ਦੇ ਵਿੱਚ ਨਰਸਿੰਗ 'ਚ ਦਾਖਲਾ ਲੈ ਸਕਦੇ ਹੋ। ਅਤੇ ਜਿਹੜਾ ਨਰਸਿੰਗ ਦਾ ਕੋਰਸ ਪੂਰਾ ਕੀਤਾ ਉਹਦੇ ਵੀ ਨੰਬਰਾਂ ਦਾ ਚੱਕਰ ਹੈਗਾ? ਹਾਂਜੀ, ਤੁਹਾਡੇ ਕੋਲ ਪੜ੍ਹਾਈ ਦੇ ਵਿੱਚ ਪਾਸ ਹੋਣੇ ਚਾਹੀਦੇ ਹੋ ਤੁਸੀਂ, ਬਹੁਤ ਸਾਰੇ ਕੋਰਸ ਨੇ, ਕਾਲਜ ਨੇ ਅੱਗੇ ਜਿਨ੍ਹਾਂ ਦੇ ਵਿੱਚ ਤੁਹਾਡਾ ਦਾਖਲਾ ਹੋ ਜਾਂਦਾ, ਤੁਸੀਂ ਨਰਸਿੰਗ ਪਾਸ ਕੀਤੀ ਹੋਈ ਹੈ ਤੁਸੀਂ ਕੈਨੇਡਾ ਜਾ ਸਕਦੇ ਜੀ। ਇਹ ਨਰਸ ਜਿੱਦਾਂ ਆਮ ਕਰਕੇ ਆਪਾਂ ਦੇਖ ਰਹੇ ਨਰਸ, ਆਪਾਂ ਉਹਨੂੰ ਹੀ ਕਹਿੰਦੇ ਹਾਂ ਲੇਡੀ ਨੂੰ ਜਾਂ ਲੜਕੀ ਨੂੰ ਨਰਸ ਕਹਿੰਦੇ ਹਾਂ, ਇਹ ਮਤਲਬ ਜਿਹੜਾ ਲੜਕਿਆਂ ਵਾਸਤੇ ਵੀ ਕੋਈ ਇੱਦਾਂ ਦਾ ਕੋਰਸ ਹੈਗਾ ਜਿਹਦਾ? ਆਪਾਂ ਨਰਸ ਇੱਕ ਸਟੂਡੈਂਟ ਹੁੰਦਾ ਵਾ, ਜਿਹੜਾ ਸਟੂਡੈਂਟ ਨਰਸਿੰਗ ਦੀ ਪੜ੍ਹਾਈ ਪੜ੍ਹਦਾ, ਉਹ ਇੱਕ ਲੜਕੀ ਵੀ ਹੁੰਦੀ ਹੈ ਅਤੇ ਲੜਕਾ ਵੀ ਹੁੰਦਾ, ਜਿਹੜਾ ਤੁਹਾਡੇ ਦਿਮਾਗ 'ਚ ਆ ਉਹ ਆਪਾਂ ਜਦੋਂ ਹਸਪਤਾਲ ਜਾਂਦੇ ਹਾਂ ਆਪਾਂ ਸਿਸਟਰ ਆਵਾਜ਼ ਮਾਰਦੇ ਹਾਂ, ਅਤੇ ਆਪਾਂ ਨੂੰ ਲੱਗਦਾ ਕਿ ਜਿਹੜਾ ਸਿਸਟਰ ਹੈ ਉਹ ਨਰਸ ਹੈ ਅਤੇ ਜਿਹੜਾ ਬ੍ਰਦਰ ਹੈ ਉਹ ਹੀ ਨਰਸ ਹੀ ਹੁੰਦਾ, ਆਪਾਂ ਉਹਨੂੰ ਅਟੈਂਡੈਂਟ ਕਹਿੰਦੇ ਹਾਂ। ਹਾਂਜੀ, ਜਿੱਦਾਂ ਸਿਸਟਰ ਬ੍ਰਦਰ ਹੁੰਦੇ ਆ, ਨਰਸ ਦੋਵੇਂ ਇੱਦਾਂ ਇੱਦਾਂ ਹੀ ਹੁੰਦੇ ਜੀ। ਅੱਛਾ, ਉੱਥੇ ਵੀ ਨਰਸ ਹੀ ਕਹਿੰਦੇ? ਹਾਂਜੀ ਹਾਂਜੀ, ਉੱਥੇ ਵੀ ਦੇਖਦੇ। ਬੜਾ ਮਜ਼ਾ ਆਉਂਦਾ ਗੱਲਬਾਤ ਕਰਦੇ ਆ, ਪਰ ਮੈਂ ਥੋੜ੍ਹਾ ਜਿਹਾ ਨਾ ਮੈਂ ਤਾਂ ਠਠੰਬਰ ਜਿਹਾ ਗਿਆ, ਤੁਸੀਂ ਕਿਹਾ ਇੱਥੇ ਬੰਦੇ 60 ਤੋਂ ਬਾਅਦ ਰੁੜਕਣੇ ਸ਼ੁਰੂ ਹੋ ਜਾਂਦੇ, ਮੇਰੀ ਵੀ ਉਮਰ ਜਾਂਦੇ ਜੀ, ਦੇਖੋ 40-45 ਤਾਂ ਸਟੰਟ ਪੈਂਦਾ ਹੀ ਪੈਂਦਾ, ਪੈਂਦਾ ਹੀ ਹੈ ਜੀ, ਬਿਲਕੁਲ ਪੈਂਦਾ। ਪਰ ਮੇਰੀ ਆਪਣੀ 60 ਹੋ ਗਈ, ਮੈਨੂੰ ਤੁਹਾਡੇ ਗੱਲਾਂ ਵੱਲ ਘੱਟ ਧਿਆਨ, ਮੈਨੂੰ ਆਪਣੀ ਮੌਤ ਵੱਲ ਜ਼ਿਆਦਾ ਧਿਆਨ ਆਉਣਾ ਸ਼ੁਰੂ ਹੋ ਗਿਆ। ਦੇਖੋ, ਮੌਤ ਨਹੀਂ ਜਾਂਦੀ, ਤੁਸੀਂ ਕੈਨੇਡਾ ਜਾਣਾ, ਅਤੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੇ ਵਿੱਚ ਪੈਦਾ ਹੋਇਆ ਜੀ, ਉਹਦੇ ਲਈ ਕੈਨੇਡਾ ਜਾਣਾ ਉਹਦਾ ਅਧਿਕਾਰ ਹੀ ਸਮਝਿਆ ਜਾਂਦਾ ਜੀ। ਅਤੇ ਜਿੱਦਾਂ ਬੰਦਾ ਜਲੰਧਰ, ਲੁਧਿਆਣੇ, ਅੰਮ੍ਰਿਤਸਰ 'ਚ ਰਹਿੰਦਾ, ਅਤੇ ਉਦੋਂ ਕੋਈ ਨਾ ਕੋਈ ਭੂਆ ਮਾਸੀ ਕਿਸੇ ਨਾ ਕਿਸੇ ਹੋਰ ਸ਼ਹਿਰ 'ਚ ਹੁੰਦੀ ਹੈ, ਇਹਦੇ ਜਲੰਧਰ, ਲੁਧਿਆਣੇ, ਅੰਮ੍ਰਿਤਸਰ 'ਚ ਰਹਿਣ ਵਾਲੇ ਲੋਕਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਟੋਰਾਂਟੋ ਦੇ ਵਿੱਚ, ਵੈਨਕੂਵਰ 'ਚ ਹੁੰਦਾ, ਅਤੇ ਦੂਜਾ ਘਰ ਆ ਜੀ, ਨਵਾਂ ਪੰਜਾਬ ਸਿਰਜਿਆ ਵਾ ਸਾਡੇ ਲੋਕਾਂ ਨੇ, ਅਤੇ ਦੇਖਣਾ ਤਾਂ ਬਣਦਾ ਹੀ ਹੈ, ਅਤੇ ਅਸੀਂ ਵੀ ਕੋਸ਼ਿਸ਼ ਕਰਦੇ ਪਏ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਭੇਜਿਆ ਜਾਵੇ। ਨਹੀਂ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਸਾਡੇ 50 ਤੋਂ ਬਾਅਦ ਸਟੰਟ ਪੈ ਜਾਂਦਾ ਅਤੇ 60 ਪੈਣ ਤੋਂ ਬਾਅਦ ਬੰਦੇ ਦੀ ਮਤਲਬ ਤਿਆਰੀ ਹੋ ਜਾਂਦੀ ਸ਼ੁਰੂ, ਉੱਥੇ 95-95 ਸਾਲ ਦੇ ਬੁੱਢੇ ਉੱਥੇ ਬੋਰਡ ਦੇ ਨਹੀਂ ਹੈਗੇ, ਪਾਰਕਾਂ ਦੇ ਵਿੱਚ ਤਾਸ਼ ਖੇਡਦੇ ਦੇਖੇ ਗਏ। ਅਤੇ ਜੇ ਮੇਰੀ ਏਜ ਦਾ ਬੰਦਾ, ਜਿੱਦਾਂ ਹੁਣ ਤੁਸੀਂ ਮਤਲਬ ਡਰਾ ਹੀ ਦਿੱਤਾ ਕਿ ਆਪਾਂ ਮਤਲਬ ਬਹੁਤੀ ਇੱਥੇ ਜੀ ਨਹੀਂ ਸਕਦੇ, ਅਤੇ ਜੇ ਮੇਰੇ ਵਰਗੇ ਬੰਦੇ ਨੇ ਬਾਹਰ ਜਾਣਾ ਹੋਏ ਉਦੋਂ ਤੁਸੀਂ ਕੀ ਮਤਲਬ ਰਿਕਮੈਂਡ? ਕੁਛ ਨਹੀਂ ਜੀ, ਸਟੱਡੀ ਵੀਜ਼ਾ ਲੈ ਦੇਵਾਂਗੇ ਤੁਹਾਨੂੰ, ਕਿ ਤੁਸੀਂ ਜਾ ਕੇ ਪੜ੍ਹੋ ਉੱਥੇ। ਅੱਛਾ, 8 ਮਹੀਨੇ ਦੀ ਪੜ੍ਹਾਈ ਪੜ੍ਹੋ ਜਾ ਕੇ, ਗੈਪ ਦੀ ਕੋਈ ਗੱਲ ਹੀ ਕੋਈ ਨਹੀਂ। ਸਟੱਡੀ ਵੀਜ਼ੇ ਦੀ ਕੋਈ ਏਜ? ਸਟੱਡੀ ਵੀਜ਼ੇ 'ਚ ਕੋਈ ਉਮਰ ਦੀ ਪੜ੍ਹਾਈ, ਪੜ੍ਹਾਈ ਤੁਸੀਂ ਕਦੀ ਵੀ ਪੜ੍ਹ ਸਕਦੇ ਹੋ। ਅੱਛਾ, ਅੱਜ ਤੁਹਾਡੀ ਉਮਰ ਦਾ ਬੱਚਾ ਵੀ ਬੰਦਾ ਪੜ੍ਹਾਈ ਪੜ੍ਹਨ ਜਾ ਸਕਦਾ। 8 ਮਹੀਨੇ ਦਾ ਕੋਰਸ ਕਰਨਾ, ਕੋਰਸ ਕਰਕੇ ਤੁਸੀਂ PR ਪਾ ਸਕਦੇ ਜੀ। ਠੀਕ, ਇਹ ਯੋਗਾ ਦਾ ਕੋਰਸ ਕੀਤਾ ਹੋਵੇ ਕਿਸੇ ਲੜਕੀ ਨੇ ਜਾਂ ਲੜਕੇ ਨੇ, ਉਹਦਾ ਉੱਥੇ ਕੀ ਸਕੋਪ? ਬਹੁਤ ਜ਼ਿਆਦਾ ਸਕੋਪ ਹੈਗਾ ਜੀ, ਕੋਈ ਇੱਦਾਂ ਦੀ ਚੀਜ਼ ਹੀ ਨਹੀਂ ਜਿਹੜੀ ਉੱਥੇ ਨਹੀਂ ਲੋੜ ਹੈਗੀ। ਅੱਜ ਪੰਜਾਬੀ ਦੇਖੋ ਕਿੰਨਾ ਜ਼ਿਆਦਾ ਮੂਵ ਹੋ ਗਿਆ,
ਅਤੇ ਕੋਈ ਇੱਦਾਂ ਦਾ ਚੱਕਰ ਨਹੀਂ, ਸਿਕਸ ਬੈਂਡ ਈ ਚਾਹੀਦੇ ਨੇ ਅਤੇ ਸਿਰਫ ਪਾਸ ਹੋਣਾ ਜ਼ਰੂਰੀ ਹੈ। ਜਿਹੜਾ ਤੁਸੀਂ ਨਰਸਿੰਗ ਦਾ ਕੋਰਸ ਕੀਤਾ ਉਹ 'ਚ ਪਾਸ ਮਾਰਕਸ ਚਾਹੀਦੇ ਆ। ਅਤੇ ਤੁਸੀਂ ਇਹ ਨਰਸਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਜਲਦੀ ਤੋਂ ਜਲਦੀ ਅਗਰ ਜਾਣਾ ਹੋਵੇ ਤਾਂ ਕੀ ਤਰੀਕਾ? ਪੂਰੇ ਪੰਜਾਬ ਦੇ ਵਿੱਚ ਜਾਂ ਪੰਜਾਬੀ ਸੂਬਿਆਂ 'ਚ ਜਿੰਨੇ ਵੀ ਲੋਕ ਸਾਨੂੰ ਦੇਖ ਰਹੇ ਨੇ, ਵੀਡੀਓ ਸੁਣਦੇ ਪਏ ਨੇ, ਜੇਕਰ ਕੋਈ ਮੇਰਾ ਵੀਰ ਭੈਣ ਭਰਾ ਨਰਸਿੰਗ ਕਿੱਤੇ ਦੇ ਵਿੱਚ ਨੌਕਰੀ ਕਰਦਾ, ਤੁਸੀਂ ANM ਨਰਸਿੰਗ ਕੀਤੀ ਹੈ, ਤੁਸੀਂ GNM ਕੀਤੀ ਹੈ, ਤੁਸੀਂ BSc ਨਰਸਿੰਗ ਕੀਤੀ ਹੈ, ਤੁਸੀਂ ਮੈਡੀਕਲ ਕਿੱਤੇ ਦੇ ਨਾਲ ਕੋਈ ਵੀ ਕੰਮ ਕਰਦੇ ਹੋ, ਤੁਸੀਂ ਫਿਜ਼ੀਓਥਰੈਪਿਸਟ ਹੋ, ਤੁਹਾਡਾ ਕੋਈ ਮੈਡੀਕਲ ਲੈਬੋਰਟਰੀ ਦੇ ਨਾਲ ਜੁੜਿਆ ਹੋਇਆ ਕਾਰੋਬਾਰ ਹੈ, ਤੁਸੀਂ ਜੋਬ ਕਰਦੇ ਹੋ, ਯੂ ਆਲ ਆਰ ਮੋਸਟ ਵੈਲਕਮ। ਅੱਜ ਕੈਨੇਡਾ ਦੇ ਵਿੱਚ ਮੈਡੀਕਲ ਕਿੱਤੇ ਦੇ ਲੋਕਾਂ ਦੀ ਬਹੁਤ ਭਾਰੀ ਕਮੀ ਹੈ ਔਰ ਖੁੱਲ੍ਹੀ ਡਿਮਾਂਡ ਹੈ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀਜ਼ੇ 'ਚ ਪਰੇਸ਼ਾਨੀ ਨਹੀਂ ਆਉਣ ਵਾਲੀ, ਤੁਸੀਂ ਸਿਰਫ ਆਇਲਸ ਦੇ ਵਿੱਚ 6 ਬੈਂਡ ਲੈਣੇ ਆ ਔਰ 20 ਤੋਂ 25 ਦਿਨਾਂ ਦੇ ਵਿੱਚ ਤੁਸੀਂ ਕੈਨੇਡਾ ਜਾ ਸਕਦੇ ਜੇ। ਕੋਈ ਵੀ ਵੀਰ ਭੈਣ ਭਰਾ ਜਿਹੜਾ ਮੈਡੀਕਲ ਕਿੱਤੇ ਨਾਲ ਜੁੜਿਆ, ਜਿਹਨੇ ਨਰਸਿੰਗ ਕੀਤੀ ਆ, ਦੇ ਆਲ ਆਰ ਵੈਲਕਮ। ਤੁਹਾਨੂੰ ਸਕਰੀਨ 'ਤੇ ਨੰਬਰ ਦਿੱਤਾ ਹੋਇਆ, ਇਸ ਨੰਬਰ 'ਤੇ ਕਾਲ ਕਰਕੇ ਮੇਰੇ ਨਾਲ ਅਪੁਆਇੰਟਮੈਂਟ ਬਣਾਓ ਅਤੇ 20 ਤੋਂ 25 ਦਿਨ ਦੇ ਵਿੱਚ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਵਿਨੇ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ, ਤੁਹਾਡਾ ਕੀਮਤੀ ਟਾਈਮ ਆਪਾਂ ਲਿਆ ਅਤੇ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਧੰਨਵਾਦ।